ਪਰਮ ਸਤਕਾਰ ਜੋ ਸਤ ਗੁਰਾਂ ਦੇ ਸਾਜੀ ਔਰ ਨਿਵਾਜੀ ਸਤ ਗੁਰ ਜੀ ਦਾ ਖਾਸ ਰੂਪ ਗੁਰੂ ਖਾਲਸਾ satsang ji ਜਿੰਨੇ ਵੀ ਸੰਗਤ ਅੰਮ੍ਰਿਤ ਵੇਲ ਦੇ ਦਰਬਾਰ ਦੇ ਵਿੱਚ ਦਸ ਪਾਤਸ਼ਾਹ ਜੋ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸਭਾਏਮਾਨ ਹੈ। ਆਪ ਜੀ ਵਣ ਪਾਗੇ ਹੋ ਗੁਰੂ ਚਰਨਾਂ ਨਾਲ ਜੁੜ ਕੇ ਨਿਤਨੇਮ ਦੀਆਂ ਬਾਣੀਆਂ ਸਰਵਣ ਕੀਤੀਆਂ ਹਨ। ਪੰਜ ਬਾਣੀਆਂ ਦਾ ਪਾਠ ਸਰਵਣ ਕੀਤਾ। ਆਪਣੇ ਸਮੇਂ ਔਰ ਸਵਾਸਾਂ ਨੂੰ ਲਿਖੇ ਵਿੱਚ ਲਾਇਆ ਹੈ ਕਾਜੂ ਵਿਸ਼ੇਸ਼ ਕਰਕੇ ਪਵਿੱਤਰ ਦਿਹਾੜਾ ਹੈ ਮਹਾਨ ਦਿਹਾੜਾ ਹੈ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਗੁਰੂ ਨਾਨਕ ਪੰਜਵੇਂ ਸਤਿਗੁਰ ਜੀ ਦਾ ਅਮਨ ਦਿਹਾੜਾ ਪ੍ਰਕਾਸ਼ ਦਿਹਾੜਾ ਜਿਨ੍ਹਾਂ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਵਿੱਚ ਪਟਾਣੇ ਜ਼ਿਕਰ ਕੀਤਾ ਹੈ ਗੁਰੂ ਅਰਜਨ ਪ੍ਰਤੱਖ ਹਰ ਕਹਿੰਦੇ ਜੇ ਰੱਬ ਦੇ ਪ੍ਰਤੱਖ ਦਰਸ਼ਨ ਕਰਨੇ ਨੇ ਗੁਰੂ ਅਰਜਨ ਦੇ ਮਾਰ ਦੇ ਕਰ ਲੋ ਗੁਰੂ ਅਰਜਨ ਦੇ ਮਹਾਰਾਜ ਹੀ ਪ੍ਰਤੱਖ ਰੱਬ ਨੇ ਫਿਰ ਇੱਕ ਥਾਂ ਤੇ ਕਹਿੰਦੇ ਨੇ ਕਲਯੁਗ ਜਹਾਜ਼ ਅਰਜਨ ਗੁਰੂ ਸਗਲ ਸਿਸ਼ਟ ਲਗ ਬੇਤਰ ਹੋ ਕਲਯੁਗ ਦਾ ਜਹਾਜ਼ ਹੈ ਗੁਰੂ ਅਰਜਨ ਦੇ ਮਹਾਰਾਜ ਕਲਯੁਗ ਦੇ ਵਿੱਚ ਹੁਣ ਸਾਧ ਸੰਗਤ ਜੀ ਜਿਹੜਾ ਜਹਾਜ਼ ਹੁੰਦਾ ਹੈ ਨਾ ਇੰਦੇ ਕੋਈ ਮਿਆਰ ਹੁੰਦੀ ਏ ਲਿਮਟ ਹੁੰਦੀ ਏ ਅੱਜ ਵਰਗੇ ਜਹਾਜ਼ ਨਹੀਂ ਸੀ ਜਦੋਂ ਮਹਾਰਾਜ ਨੇ ਪਰਮਾਨ ਦਿੱਤਾ ਬਾਣੀ ਵਿੱਚ ਪਟਾ ਨੇ ਉਦੋਂ ਜਹਾਜ਼ ਦੁੱਜੇ ਸੀ ਆਪਣਾ ਜਿਵੇਂ ਬੇੜੇ ਹੁੰਦੇ ਨੇ ਸਮੁੰਦਰੀ ਸ਼ਿਪ ਜਹਾਜ਼ ਉਹਨਾਂ ਦੀ ਲਿਮਟ ਹੁੰਦੀ ਸੀ ਮਿਆਰ ਹੁੰਦੀ ਸੀ ਵੀ ਜੇ 50 ਬੰਦੇ ਬੈਹਿ ਸਕਦੇ ਨੇ 100 ਬੰਦਾ ਇਸ ਤਰ੍ਹਾਂ 200 ਨਹੀਂ ਬਿਠਾ ਸਕਦੇ ਡੁੱਬ ਜਾਂਦਾ ਸੀ ਉਹ ਜਿੰਨੇ ਕੋਈ ਲਿਮਟ ਹੁੰਦੀ ਜਿੰਨੇ ਕੋਈ ਮਿਆਰ ਹੁੰਦੀ ਉਹਨੇ ਕੋ ਬਿਠਾਏ ਜਾਂਦੇ ਹੁਣ ਗੁਰੂ ਅਰਜਨ ਦੇਵ ਜੀ ਨੂੰ ਬੋਇਤ ਲਿਖਿਆ ਬਾਣੀ ਵਿੱਚ ਕਲਯੁਗ ਜਹਾਜ਼ ਅਰਜਨ ਗੁਰੂ ਕਲਯੁਗ ਦੇ ਵਿੱਚ ਜਹਾਜ਼ ਨੇ ਗੁਰੂ ਅਰਜਨ ਦੇ ਮਹਾਰਾਜ ਮਿਆਰ ਕਿੰਨੀ ਕੋਈ ਲਿਮਟ ਕਿੰਨੀ ਕੋਈ ਤਾਰਨ ਦੀ ਸਗਲ ਸ੍ਰਿਸ਼ਟ ਲਗ ਬੇਤਰੋ ਸਾਰੀ ਦੁਨੀਆ ਜੇ ਗੁਰੂ ਅਰਜਨ ਦੇ ਮਾਰ ਦਾ ਧਿਆਨ ਤਰਲੇ ਚਰਨਾਂ ਨਾਲ ਜੁੜ ਜੇ ਸਿੱਖਿਆ ਵਿਚਾਰ ਧਾਰਾ ਨੂੰ અપਨਾ ਲੇ ਸਾਰੀ ਦੁਨੀਆ ਨੂੰ ਇਹ ਜਹਾਜ਼ ਤਾਰ ਦੇਗਾ ਦੁਨਿਆਵੀ ਜਹਾਜ਼ ਦੀ ਮਿਆਰ ਹੈ ਇੰਨੀ ਕੋਈ ਬਹਿ ਸਕਦੇ ਨਹੀਂ ਤੇ ਤਾਂ ਡੁੱਬ ਜਾਏਗਾ ਪਰ ਧੰ ਗੁਰੂ ਅਰਜਨ ਦੇ ਮਾਰ ਜੀ ਐਸੇ ਜਹਾਜ਼ ਨੇ ਐਸਾ ਜਹਾਜ਼ ਉਹਨਾਂ ਨੇ ਬਣਾਇਆ ਹੈ ਕਿ ਸਾਰੀ ਦੁਨੀਆ ਹੀ ਦਾ ਪੜਾ ਹੋ ਸਕਦਾ ਹੈ ਸਰੀਰਕਾਲ ਵਿੱਚੋਂ ਉਹਨਾਂ ਦੇ ਚਰਨਾਂ ਨਾਲ ਜੁੜ ਕੇ ਬਹੁਤ ਦੁਨੀਆ ਦਾ ਭਲਾ ਹੋਇਆ ਤੇ ਉਹਨਾਂ ਨੇ ਸਾਡੇ ਤੈਸੀ ਕਿਰਪਾ ਕੀਤੀ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਅਸੀਂ ਜੁੜੇ ਆਂ ਇਹ ਉਹਨਾਂ ਦੀ ਦੇਨ ਹੈ ਸਾਸੰ ਦੀ ਪਹਿਲਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਨੇ ਬਾਣੀ ਦਰਜ ਕਰਾਈ ਸਾਰੀ ਲਿਖਾਈ ਇਕੱਠੀ ਕਰਾਈ ਗੁਰੂ ਗ੍ਰੰਥ ਸਾਹਿਬ ਮਾਰਤ ਤਿਆਰ ਕਰਾਇਆ ਗੁਰੂ ਗ੍ਰੰਥ ਸਾਹਿਬ ਮਾਰ ਦੀ ਜਿਲਦ ਤਿਆਰ ਕਰਾਈ ਗੁਰੂ ਗ੍ਰੰਥ ਸਾਹਿਬ ਮਾਰ ਦਾ ਤਤਕਾਰਾ ਤਿਆਰ ਕੀਤਾ ਗਿਆ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਜ ਵਾਸਤੇ ਪਤਾ ਸੀ ਪਹਿਲਾਂ ਹੀ ਹਰਿਮੰਦਰ ਸਾਹਿਬ ਗੁਰੂ ਅਰਜਨ ਦੇਵ ਮਾਰ ਨੇ ਬਣਵਾ ਦਿੱਤਾ ਹਰਿਮੰਦਰ ਸਾਹਿਬ ਦਾ ਸਰੋਵਰ ਪੱਕਾ ਕਰਾਉਣਾ ਗੁਰੂ ਅਰਜਨ ਦੇਵ ਮਾਰ ਨੇ ਕਰਾਇਆ ਕੱਚਾ ਗੁਰੂ ਰਾਮਦਾਸ ਮਾਰ ਨੇ ਤਾਲ ਖਟਾਇਆ ਜਿਹੜਾ ਇਹ ਗੁਰੂ ਰਾਮਦਾਸ ਮਾਰਨ ਬੌਤਿਆਂ ਨੂੰ ਇਹ ਪਤਾ ਵੀ ਨਹੀਂ ਹੈ ਵੈਸੇ ਪੱਕਾ ਕਰਾਇਆ ਗੁਰੂ ਅਰਜਨ ਦੇ ਮਾਰ ਨੇ ਹਰਿਮੰਦਰ ਸਾਹਿਬ ਬਣਾਇਆ ਗੁਰੂ ਅਰਜਨ ਦੇ ਮਾਰ ਨੇ ਹਰਿਮੰਦਰ ਸਾਹਿਬ ਦੇ ਵਿੱਚ ਜੋ ਅੱਜ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਕਰਾਇਆ ਗੁਰੂ ਅਰਜਨ ਦੇ ਮਾਰਾ ਕਿੰਨਾ ਕੁ ਸਤਿਕਾਰ ਕਰਦੇ ਨੇ ਸਾਧ ਸੰਗਤ ਜੀ ਜਿੱਦਣ ਗੁਰੂ ਗ੍ਰੰਥ ਸਾਹਿਬ ਮਾਰ ਪਲੰਘ ਤੇ ਬਰਾਜਮਣ ਹੋ ਜਾਂਦੇ ਨੇ ਆਪ ਪਲੰਘ ਤੇ ਨਹੀਂ ਬੈਂਦੇ ਅਸੀਂ ਚੌੜੇ ਹੋ ਕੇ ਕੁਰਸੀਆਂ ਢਾਢਾ ਕੇ ਘਰ ਬੈੰਨਿਆ ਗੁਰੂ ਗ੍ਰੰਥ ਸਾਹਿਬ ਅਰ ਦੇ ਕੋਲ ਵੱਡੇ ਹੋ ਗੁਰੂ ਅਰਜਨ ਦੇਵ ਮਾਰਾ ਤੋਂ ਤੁਸੀਂ ਰਹੀ ਹੋਈ ਨਹੀਂ ਗੱਲ ਕੋਈ ਡਰ ਭਉ ਦੀ ਫਿਰ ਕਿਰਪਾ ਕਿੱਥੋਂ ਭਾਲਦੇ ਆਪਾਂ ਨਹੀਂ ਇਸ ਕਰਕੇ ਜਿਹੜੇ ਘਰ ਵਿੱਚ ਖੰਡ ਪਾਟ ਹੋਵੇ ਸਹਿਜ ਪਾਟ ਹੋਵੇ ਉਹ ਘਰ ਸਾਹਮਣੇ ਕੁਰਸੀ ਤੇ ਨਹੀਂ ਬਹਿਣਾ ਚਾਹੀਦਾ ਨਾ ਮੰਜੇ ਤੇ ਬਹਿਣਾ ਚਾਹੀਦਾ ਪੁੰਜੇ ਤੇ ਬਹਿਣਾ ਭੈ ਨਹੀਂ ਤੇ ਤੁਰਦਾ ਬਣ ਗੁਜੇ ਗੁਰੂ ਗ੍ਰੰਥ ਸਾਹਿਬ ਅਰ ਦਾ ਸਤਕਾਰ ਰੱਖਣਾ ਹੈ ਤੇ ਜੇ ਆਓ ਆਦਰਮਾਨ ਕਰਨਾ ਗੈਸਟ ਭਾਵਨਾ ਫੇਰਾ ਐਂਦੀ ਨਹੀਂ ਮਿਲਨੀ ਤੁਹਾਨੂੰ ਖੁਸ਼ੀ ਨਹੀਂ ਮਿਲਨੀ ਫਾਰਮੈਲਟੀ ਜ਼ਰੂਰ ਘਰ ਵਿੱਚ ਪੂਰੀ ਕਰ ਦੋਗੇ ਵੀ ਪਾਠ ਕਰਾਇਆ ਲੰਗਰ ਲਾਇਆ ਪਰ ਕਿਰਪਾ ਨਹੀਂ ਹੋਣੀ ਜੇ ਹੁੰਦੀ ਜੇ ਪ੍ਰਵਾਹ ਨਾ ਕਰੋਗੇ ਐਂਦੀ ਪ੍ਰਵਾਹ ਰੱਖੋਗੇ ਹੁਣ ਅਸੀਂ ਬੋਲਦੇ ਪਏ ਆ ਐਂਦੀ ਪ੍ਰਵਾਹ ਹੈ ਸਾਨੂੰ ਤਾਂ ਅਕਰ ਕੇ ਇਨੀ ਕੰਫੀਡੈਂਸ ਨਾਲ ਬੋਲੀਦੇ ਕਿਉਂਕਿ ਉਹ ਸਿਰ ਤੇ ਆਤੇ ਸਾਰੀ ਦੁਨੀਆ ਦਾ ਮਾਲਕ ਹੈ ਕੈਨਾਦ ਜਿੱਥੇ ਮਰਜੀ ਪ੍ਰਬੰਧ ਕਰ ਸਕਦਾ ਜੇ ਇੰਦੀ ਪ੍ਰਵਾਹ ਰੱਖਾਂਗੇ ਕਿਸੇ ਦੀ ਪ੍ਰਵਾਹ ਨਹੀਂ ਦੁਨੀਆ 'ਚ ਜੇ ਦੁਨੀਆ ਦੀ ਪ੍ਰਵਾਹ ਕਰਨ ਲੱਗ ਗਏ ਫਿਰ ਇੰਦੇ ਲੋ ਗਏ ਇੰਦੇ ਲੋ ਇਸ ਕਰਕੇ ਗੁਰੂ ਨਾਨਕ ਦੇ ਮਹਾਰਾਜ ਗੁਰੂ ਅੰਗਦ ਦੇ ਮਹਾਰਾਜ ਦੀ ਬਾਣੀ ਐ ਗੁਰੂ ਅਮਰਦਾਸ ਦੀ ਬਾਣੀ ਐ ਗੁਰੂ ਅਰਜਨ ਦੇਵ ਮਾਰ ਦੀ ਬਾਣੀ ਐ ਗੁਰੂ ਰਾਮਦਾਸ ਦੀ ਬਾਣੀ ਐ ਕਹਿਣ ਲੱਗੇ ਉਹ ਵੱਡੇ ਨੇ ਸਾਡੇ ਗੁਰੂ ਜਿਨ੍ਹਾਂ ਦੀ ਬਾਣੀ ਦਰਜ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੈਂ ਉਹਨਾਂ ਦੀ ਬਰਾਬਰਾ ਨਹੀਂ ਬਰਾਬਰਤਾ ਨਹੀਂ ਲੈ ਸਕਦਾ ਗੁਰੂ ਅਰਜਨ ਦੇਵ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦੇਣਾ ਵੇਖੋ ਕਿੰਨਾ ਅਦਬ ਸਤਕਾਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਾਂਦਾ ਹੈ ਨਾ ਹਰਿਮੰਦਰ ਸਾਹਿਬ ਦਾ ਇਹ ਅਕਾਲ ਤਖਤ ਤੇ ਜਾਂਦਾ ਹੈ ਕੋਠਾ ਸਾਹਿਬ ਉੱਥੇ ਇੱਕ ਪਲੰਘ ਲੱਗਿਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਰਾਤ ਪੈਂਦੇ ਉੱਥੇ ਵਿਸ਼ਰਾਮ ਕਰਦੇ ਸਨ ਪਰ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰਤਾ ਬਾਬਾ ਬੁੱਢਾ ਜੀ ਪੁੱਛਦੇ ਨੇ ਗੁਰੂ ਗ੍ਰੰਥ ਸਾਹਿਬ ਦਾ ਨਿਵਾਸ ਸਥਾਨ ਕਹਿੰਦੇ ਬਾਬਾ ਜੀ ਇੱਥੇ ਅਸੀਂ ਆਰਾਮ ਕਰਦੇ ਹਾਂ ਪਲੰਘ 'ਤੇ ਮਹਾਰਾਜ ਤੁਸੀਂ ਕਹਿੰਦੇ ਅਸੀਂ ਪੁੰਜੇ ਪਾਵਾਂਗੇ ਥੱਲੇ ਧਰਤੀ 'ਤੇ ਪਾਵਾਂਗੇ ਜਦੋਂ ਮਹਾਰਾਜ ਘਰ ਆਉਣ ਤਾਂ ਕੋਸ਼ਿਸ਼ ਇਹ ਕਰੇ ਵੀ ਪੁੰਜੇ ਪੈ ਜੇ ਪਰਿਵਾਰ ਦਾ ਜੀ ਕਿਉਂਕਿ ਦੋ ਦਿਨ ਸੇਵਾ ਲੇਖੇ ਤੇ ਲੱਗ ਜੇਗੀ ਹੁਣ ਕਈ ਵਾਰ ਹਰਮੰਦਰ ਸਾਹਿਬ ਅਸੀਂ ਜਾਂਦੇ ਆ ਕਮਰੇ ਲੱਭਦੇ ਫਿਰਦੇ ਆ ਕਿੰਨਾ ਚਿਰ ਰਹਿਣਾ ਜੀ ਇੱਕ ਰਾਤ ਰਹਿਣਾ ਕਿੱਡੀ ਕੁ ਵੱਡੀ ਗੱਲ ਐ ਫਿਰ ਸਿੱਖਾ ਇੱਥੇ ਤੇ ਕਈ ਕਈ ਮਹੀਨੇ ਲੇ ਸੇਵਾ ਕਰਕੇ ਜਾਂਦੇ ਸੀ ਟੋکریاں ਢੋਟੋ ਕੇ ਅੰਮ੍ਰਿਤਸਰ ਪਰ ਆਸ ਨਹੀਂ ਰੱਖਦੇ ਸੀ ਵੀ ਕੋਈ ਕਮਰਾ ਜੇ ਸੌਣ ਹੀ ਜਾਣਾ ਫਿਰ ਘਰ ਹੀ ਸੌਜੋ ਫਿਰ ਉੱਥੇ ਕੀ ਲੈਣ ਜਾਣਾ ਇੱਕ ਰਾਤ ਵਾਸਤੇ ਵੀ ਜੇ ਤੈਨੂੰ ਨੀਂਦ ਚਾਹੀਦੀ ਐ ਫਿਰ ਕੀ ਲੈਣ ਜਾਣਾ ਹਰਮੰਦਰ ਸਾਹਿਬ ਨਹੀਂ ਨਹੀਂ ਪਿਆਰਿਓ ਉਹ ਕਿਰਪਾ ਨਾਲ ਜਾਓ ਜੇ ਕਿਰਪਾ ਲੈਣੀ ਜੋ ਹਿਸਾਬ ਨਾਲ ਜਾਓ ਜਿੱਥੇ ਮਰਜੀ ਤੂੰ ਪਹਿ ਜਾ ਦੋ ਘੰਟੇ ਲੱਗ ਕੇ ਸਿੱਧਾ ਕਰ ਲੈ ਬਾਕੀ ਭਾਂਡਿਆਂ ਦੀ ਸੇਵਾ ਕਰ ਜੋੜੇ ਦੀ ਕਰ ਪਤਾ ਹੀ ਨਹੀਂ ਲੱਗਦਾ 2 ਵਜੇ ਫਿਰ ਸੰਗਤਾਂ ਦੀ ਤਿਆਰੀਆਂ ਚੱਲ ਜਾਂਦੀਆਂ 10 11 ਵਜੇ ਵਜ ਜਾਂਦੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਆਰ ਲੈ ਕੇ ਜਾਂਦੇ ਨੇ ਕਿੰਨਾ ਕੁ ਟਾਈਮ ਰਹਿ ਗਿਆ ਘੰਟਾ 2 ਘੰਟੇ ਜੇ ਇੱਕ ਇਧਰ ਉਧਰ ਮੜਾ ਸੈੱਟ ਕਰਨਾ ਕਰ ਲੈ ਇੱਕ ਵਾਰੀ ਸਾਡੇ ਨਾਲ ਸਿੰਘ ਗਿਆ ਕੋਈ ਅਸੀਂ ਤਾਂ ਵੈਸੇ ਸੌਂਗੇ ਸੀ ਸੰਗਤ ਗਈ ਸੀ ਸੌ ਜੀ ਤੇ ਉਹਨਾਂ ਨੂੰ ਪੁੱਛਿਆ ਤੁਸੀਂ ਨਹੀਂ ਰਾਮ ਕੀਤਾ ਕਹਿੰਦੇ ਜੇ ਸੌਣਾ ਹੀ ਤਾਂ ਘਰ ਵੀ ਸੌਂਜਣਾ ਸੀ ਇੱਕ ਰਾਤ ਮਿਲੀ ਇਹ ਸੇਵਾ ਕਰਕੇ ਲਾਹਾ ਲੈ ਲੀਏ ਕਹਿੰਦੇ ਕਿੰਨੀ ਭਾਵਨਾ ਹੈ ਦੇਖੋ ਐਸੀ ਭਾਵਨਾ ਹੋਵੇ ਉਹ ਗੁਰੂ ਅਰਜਨ ਦੇਵ ਮਹਾਰਾਜ ਦਾ ਅੱਜ ਦਿਹਾੜਾ ਹੈ ਜਿਨ੍ਹਾਂ ਨੇ ਸਾਨੂੰ ਹਰਮੰਦਰ ਸਾਹਿਬ ਤਿਆਰ ਕਰਕੇ ਰੱਬ ਦੇ ਘਰ ਨਾਲ ਕਿੰਨੀ ਸ਼ਾਂਤੀ ਕਿੰਨੀ ਧੀਰਜ ਆ ਸਰਦਾਰ ਗੁਰਦੇਵ ਸਿੰਘ ਨੰਬਰ ਦਾ ਗਏ ਸੀ ਹੁਣ ਚੰਦਵਾ ਸਾਹਿਬ ਦੀ ਸੇਵਾ ਮਿਲੀ ਭੱਗਾਂ ਵਾਲਿਆਂ ਨੂੰ ਮਿਲਦੀ ਏ ਰਮਾਲੇ ਸੈੱਟ ਦੀ ਸੇਵਾ ਮਿਲੀ ਭੱਗਾਂ ਵਾਲਿਆਂ ਨੂੰ ਮਿਲਦੀ ਏ ਉੱਥੇ ਕਿੰਨਾ ਚਿਰ ਪਹਿਲਾਂ ਲਖਾਣੀ ਪੈਂਦੀ ਫਿਰ ਚੰਦਵਾ ਸਾਹਿਬ ਤੇ ਰਮਾਲੇ ਦੀ ਸੇਵਾ ਮਿਲਦੀ ਏ ਉੱਥੇ ਤੇ ਖੰਡ ਪੜ ਦੀ ਵੀ ਸੇਵਾ ਕਰਕੇ ਆਏ ਨੇ ਉਹ ਖੰਡ ਪਾਠ ਨੂੰ ਲੈਣ ਵਾਸਤੇ ਕਈ ਸਾਲ ਲੱਗ ਜਾਂਦੇ ਨੇ ਫਿਰ ਮਿਲਦਾ ਉੱਥੇ ਇਸ ਕਰਕੇ ਉਹ ਹਰਮੰਦਰ ਸਾਹਿਬ ਦੇ ਜਿਹੜੀ ਸਾਰੀ ਰਚਨਾ ਹੈ ਗੁਰੂ ਅਰਜਨ ਦੇਵ ਮਾਰਨ ਕੀਤੀ ਹੈ ਉਹ ਗੁਰੂ ਅਰਜਨ ਦੇਵ ਮਾਰ ਦਾ ਪ੍ਰਕਾਸ਼ 1563 ਸਨ ਸਨ 1563 ਵਿੱਚ ਅੱਜ ਵਾਲੇ ਦਿਨ ਕਿੱਥੇ ਪ੍ਰਕਾਸ਼ ਹੋਇਆ ਗੋਇੰਦਵਾਲ ਸਾਹਿਬ ਕਿਹੜੀ ਮਾਤਾ ਸੀ ਕਿਹੜਾ ਪਿਤਾ ਸੀ ਧਨ ਜਨਨੀ ਜਿਨ ਜਾਇਆ ਧਨ ਪਿਤਾ ਪ੍ਰਦਾਨ ਤਨ ਤਨ ਮਾਤਾ ਬੀਬੀ ਭਾਨੀ ਤਨ ਤਨ ਗੁਰੂ ਰਾਮਦਾਸ ਮਹਾਰਾਜ ਉਹਨਾਂ ਦੇ ਘਰ ਆਮਦ ਹੋਈ ਗੁਰੂ ਅਰਜਨ ਦੇਵ ਜੀ ਤੇ ਕਿੱਥੇ ਹੋਈ ਸਾਸ ਸੰਜੀ ਜਿਹੜਾ ਨਾਨਕਾ ਘਰ ਹੈ ਜਿੱਥੋਂ ਦੀ ਮਾਤਾ ਹੁੰਦੀ ਹੈ ਨਾ ਆਪਣੀ ਮਾਤਾ ਦਾ ਪੇਕੇਆ ਘਰ ਜਿਹੜਾ ਹੁੰਦਾ ਹੈ ਬੱਚਿਆਂ ਦਾ ਨਾਨਕਾਂ ਘਰ ਹੁੰਦਾ ਹੈ ਨਾਨਕਿਆਂ ਤੇ ਗਏ ਨੇ ਨਾਨਾ ਜੀ ਲੱਗਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨਾਨਕਿਆਂ ਦੇ ਘਰ ਜਨਮ ਹੋਇਆ ਕਿਉਂਕਿ ਮਹਾਰਾਜ ਨੇ ਘਰ ਹੀ ਰੱਖ ਲਿਆ ਸੀ ਗੁਰੂ ਰਾਮਦਾਸ ਮਹਾਰਾਜ ਆਪਣੀ ਧੀ ਨੂੰ ਆਪਣੇ ਕੋਲ ਰੱਖਿਆ ਸੀ ਧੀ ਤੇ ਏਡੀ ਸਿਆਣੀ ਇਹ ਅਜ ਦੀਆਂ ਧੀਆਂ ਇਤਿਹਾਸ ਪੜਨ ਬਹੁਤ ਵੱਡੀ ਸਿੱਖਿਆ ਮਿਲਦੀ ਸਾਨੂੰ ਉਹਨੇ ਆਪਣੇ ਗੁਰੂ ਦੀ ਸੇਵਾ ਪਿਤਾ ਦੀ ਸੇਵਾ ਗੁਰੂ ਜਾਣ ਕੇ ਨਹੀਂ ਰੱਬ ਜਾਣ ਕੇ ਕੀਤੀ ਗੁਰੂ ਅਮਰਦਾਸ ਜੀ ਤੇ ਆਪਣੇ ਪਤੀ ਨੂੰ ਵੀ ਇਹੀ ਸਿੱਖਿਆ ਦਿੱਤੀ ਭਾਈ ਜੇਠਾ ਜੀ ਨੂੰ ਵੀ ਇਹ ਪਰਮੇਸ਼ਰ ਨੇ ਰੱਬ ਨੇ ਇਥੋਂ ਮਨ ਇਛਿਤ ਫਲ ਮਿਲ ਜਾਣਗੇ ਸ਼ਰਧਾ ਭਾਵਨਾ ਨਾਲ ਜੁੜਨ ਦੀ ਲੋੜ ਹੈ ਬੀਬੀ ਭਾਨੀ ਨੇ ਇੱਕ ਦਿਨ ਸੇਵਾ ਕਰਕੇ ਗੁਰਤਾ ਗੱਦੀ ਘਰ ਰਖਾਈ ਸੀ ਜਿੱਦਾਂ ਪੈਰ ਦੇ ਵਿੱਚ ਮੇਕ ਗੱਡੀ ਗਈ ਸੀ ਖੈਰ ਅੱਗੇ ਵੀ ਵਿਚਾਰਾਂ ਇਹ ਹੋ ਜਾਣਗੀਆਂ ਜਦੋਂ ਮਹਾਰਾਜ ਸਾਧ ਦਿੱਤਾ ਵਾਲਾ ਦਿਨ ਆਉਣਾ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਜਦੋਂ ਆਗਮਨ ਹੋ ਜਾਂਦਾ ਹੈ ਅੱਜ ਦੇ ਦਿਨ ਪ੍ਰਕਾਸ਼ ਹੁੰਦਾ ਹੈ ਖਡਾਉਂਦੇ ਕੌਣ ਨੇ ਮਾਮਾ ਮਾਮੇ ਖਡਾਉਂਦੇ ਨੇ ਮਾਮਾ ਮੋਹਣ ਮਾਬਾ ਬਾਬਾ ਮੋਰ ਬਾਬਾ ਮੋਰੀ ਜੀ ਮਾਮੇ ਲੱਗਦੇ ਨੇ ਬੀਬੀ ਪਾਨੀ ਦੇ ਭੈ ਭਰਾ ਲੱਗਦੇ ਨੇ ਉਹ ਖੜਾਉਂਦੇ ਨੇ ਫਿਰ تعلیم ਦਿੱਤੀ ਗਈ ਵਿਦਿਆ ਦਿੱਤੀ ਗਈ ਗੁਰੂ ਅਰਜਨ ਦੇਵ ਮਨ ਛੋਟੇ ਜੇ ਸੀ ਗੁਰੂ ਅਰਜਨ ਦੇਵ ਮਹਾਰਾਜ ਇਤਿਹਾਸ ਕਹਿੰਦਾ ਐ ਮਹਾਰਾਜ ਬੈਠੇ ਸੀ ਉਹਨਾਂ ਦੇ ਨਾਨਾ ਜੀ ਗੁਰੂ ਅਮਰਦਾਸ ਜੀ ਜਿਵੇਂ ਹੁਣ ਤੱਕ ਐ ਸੰਗਤ ਬੈਠੀ ਹੋਵੇ ਅਜੇ ਰੜਨਾ ਹੀ ਸਿੱਖੇ ਸੀ ਰੇੜ ਦੇ ਰੇੜ ਦੇ ਰੇੜ ਦੇ ਗੁਰੂ ਅਰਜਨ ਦੇ ਮਾਰਜੀ ਕੋਲ ਆ ਗਏ ਜਿਵੇਂ ਆ ਝਾਲਾਰੇ ਨੂੰ ਫੜ ਫੜ ਕੇ ਫੜ ਫੜ ਕੇ ਖੜੇ ਹੁੰਦੇ ਨੇ ਉੱਪਰ ਨੂੰ ਚੜਨ ਦੀ ਕੋਸ਼ਿਸ਼ ਕਰਦੇ ਨੇ ਖੇਡ ਦੇ ਖੇਡ ਦੇ ਕੋਲ ਆ ਗਏ ਉੱਪਰ ਚੜਨਾ ਚਾਹੁੰਦੇ ਨੇ ਤਖਤ ਤੇ ਬਹਿਣਾ ਚਾਹੁੰਦੇ ਨੇ ਬੀਬੀ ਭਾਨੀ ਨੇ ਭੱਜ ਕੇ ਵੀ ਗੁਰੂ ਪਿਤਾ ਜੀ ਸੰਗਤਾਂ ਨੂੰ ਉਪਦੇਸ਼ ਕਰ ਰਹੇ ਨੇ ਸੰਗਤ ਬੈਠੀ ਐ ਸਾਰਿਆਂ ਦਾ ਧਿਆਨ ਬੱਚੇ ਵੱਲ ਤੁਰ ਗਿਆ ਇਸ ਕਰਕੇ ਕਈ ਬੀਬੀਆਂ ਬੜੀਆਂ ਸਿਆਣੀਆਂ ਹੁੰਦੀਆਂ ਨੇ ਇਹ ਬੱਚੇ ਨਹੀਂ ਟਿਕਦੇ ਬਾਹਰ ਲੈ ਕੇ ਜਾਂ ਸਾਈਡ ਤੇ ਭੇਜਦੇ ਇਹਨਾਂ دیਵਾਨਾਂ ਚ ਅਸੀਂ ਵੇਖਦੇ ਰਹੇ ਹਾਂ ਮਹਾਂਪੁਰਸ਼ਾਂ ਦੇ ਟਾਈਮ ਉ ਬੜੀਆਂ ਸਿਆਣੀਆਂ ਪਿੱਛੇ ਵੀ ਕਿਸੇ ਦਾ ਧਿਆਨ ਨਾ ਟੁੱਟੇ ਸਾਡੇ ਬੱਚੇ ਕਰੇ ਜੇ ਧਿਆਨ ਟੁੱਟ ਗਿਆ ਹੁੰਦਾ ਭਾਰ ਸਾਡੇ ਬੱਚੇ ਤੇ ਪੈ ਜਾਣਾ ਇਹ ਗੱਲਾਂ ਨੋਟ ਕਰਨ ਵਾਲੀਆਂ ਹੁੰਦੀਆਂ ਨੇ ਇਸ ਕਰਕੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਚੜਨ ਲੱਗੇ ਭੱਜ ਕੇ ਬੀਬੀ ਪੰਨੀ ਨੇ ਫੜਿਆ ਮਾਰੇ ਕਹਿੰਦੇ ਨਾ ਧੀਏ ਫੜ ਨਾ ਸਾਨੂੰ ਫੜਾਏ ਏ ਹੁਣ ਗੁਰਤਾ ਗੱਦੀ ਤੇ ਬਹਿਣਾ ਚਾਹੁੰਦਾ ਪਰ ਬਹੇਗਾ ਜ਼ਰੂਰ ਪਰ ਥੋੜਾ ਜਿਹਾ ਸਮਾਂ ਪਵੇਗਾ ਬਹੇਗਾ ਇਹੀ ਗੁਰਤਾ ਗੱਦੀ ਤੇ ਪਰ ਇਹਨੂੰ ਗੁਰਤਾ ਗੱਦੀ ਦੇਣੀ ਹੈ ਦੇ ਪਿਤਾ ਨੇ ਹੈ ਗੁਰੂ ਰਾਮਦਾਸ ਮਹਾਰਾਜ ਇਸ ਕਰਕੇ ਤੂੰ ਇਹਨੂੰ ਲੈ ਕੇ ਨਾ ਜਾ ਸਾਨੂੰ ਫੜਾ ਗੋਦ ਚ ਲੈ ਲਿਆ ਨਾਨੇ ਨੇ ਗੁਰੂ ਅਮਰਦਾਸ ਮਹਾਰਾਜ ਨਾਨਾ ਜੀ ਲੱਗਦੇ ਨੇ ਕਹਿੰਦੇ ਦੋਤਾ ਉਦੋਤਿਆ ਬਾਣੀ ਕਾ ਬੋਤ ਹੈ ਉਪਦੇਸ਼ ਕਰਦੇ ਨੇ ਦੋਤਾ ਬਾਣੀ ਕਾ ਬੋਹਤ ਆ ਬਾਣੀ ਦਾ ਬੋਹਤ ਜਿਹੜਾ ਬਣਿਆ ਹੈ ਗੁਰੂ ਅਰਜਨ ਦੇਵ ਮਾਰ ਕਿੰਨੇ ਬਾਣੀ ਹੈ ਗੁਰੂ ਗ੍ਰੰਥ ਸਾਹਿਬ 2218 ਸਭ ਗੁਰੂਆਂ ਨਾਲੋਂ ਜ਼ਿਆਦਾ ਬਾਣੀ ਦਰਜ ਗੁਰੂ ਗ੍ਰੰਥ ਸਾਹਿਬ ਮਾਰ ਵਿੱਚ ਗੁਰੂ ਅਰਜਨ ਦੇਵ ਮਾਰਨ ਪਹਿਲੇ ਪਾਸ਼ਾ ਦੇ 974 ਦੂਜੇ ਪਾਸ਼ਾ 62 ਤੀਜੇ ਪਾਸ਼ਾ 907 ਚੌਥੇ ਪਾਸ਼ਾ 679 ਪੰਚਵੇਂ ਪਾਸ਼ਾ 2218 ਨੌਵੇਂ ਪਾਸ਼ਾ ਦੀ ਬਾਣੀ 123 ਲਿਖੇ 116 16ਵੇਂ ਇਹ 6 ਗੁਰਾਂ ਦੀ ਬਾਣੀ ਦਰਜ ਹੈ ਗੁਰੂ ਗ੍ਰੰਥ ਸਾਹਿਬਾ 15 ਭਗਤਾਂ 11 ਪਟਾਂ 4 ਗੁਰਸਿੱਖਾਂ ਦੀ ਇਹ ਬਾਣੀ ਕਾ ਬੋਈਤਾ ਬਾਣੀ ਦੇ ਰਚਨਹਾਰ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦੀ ਬਾਣੀ ਪੜ ਸੁਣ ਕੇ ਸਾਡਾ ਭਲਾ ਹੋ ਜਾਏਗਾ ਤੁਰਕੀ ਬਾਣੀ ਆਈ ਤਿੰਨ ਸਗਲੇ ਚਿੰਤ ਮਟਾਈ ਦਿਆਲਪੁਰਖ ਮਿਹਰਵਾਨਾ ਹਰ ਨਾਨਕ ਸੱਚ ਵਖਾਨਾ ਅੱਜ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਜੀਤ ਕਰਦਾ ਹੋਰ ਵੀ ਵਰਤਮਾ ਸੁਨਾਈਏ ਪਰ ਸਮਾਪਤੀ ਦਾ ਵੀ ਸਮਾਂ ਹੋ ਰਿਹਾ ਹੈ ਇਸ ਕਰਕੇ ਸਮਾਨੀ ਅਗਿਆ ਦੇਂਦਾ ਬੜੇ ਸੋਹਣੇ ਬਚਨ ਨੇ ਮਹਾਰਾਜ ਦੇ ਜੀਵਨ ਮਾਰਨ ਨੇ ਆਪਣੇ ਜੀਵਨ ਕਾਲ ਵਿੱਚ ਬੜਾ ਹੀ ਜ਼ਿਆਦਾ ਪ੍ਰਚਾਰ ਕੀਤਾ ਹੈ ਗੁਰੂ ਅਰਜਨ ਦੇਵ ਮਾਰਨ ਬਹੁਤ ਜ਼ਿਆਦਾ ਅੱਜ ਜਿਹੜੇ ਵੈਸੇ ਸੱਚ ਹੈ ਵਿਚਾਰ ਜਿਹੜੇ ਥਾਂ ਥਾਂ ਤੇ ਲੋਕ ਭਟਕ ਰਹੇ ਨੇ ਬਣਾਤਾ ਸਿਸਟਮ ਦਾ ਪੂਜਕ ਦਾ ਇਹ ਗੁਰੂ ਅਰਜਨ ਦੇਵ ਮਾਰਨ ਨੇ ਸਭ ਥਾਵਾਂ ਟੁਵਾਈਆਂ ਸੀ ਤੇ ਰੋਕਿਆ ਵੀ ਸੀ ਆਪਣੇ ਦਨ ਮਾਰ ਦਾ ਇਤਿਹਾਸ ਪੜ ਲਿਓ ਭਾਵੇਂ ਕਿਉਂਕਿ ਜੇ ਅੱਜ ਮਾਰ ਦਾ ਦਿਹਾੜਾ ਇਹਦੇ ਮਾਰਾ ਦੀ ਗੱਲ ਨਾ ਕਰਾਂਗੇ ਕਿੰਦੀ ਕਰਾਂਗੇ ਮਾਰਨ ਨੇ ਆਪ ਬੰਦ ਕਰਾਈਆਂ ਸੀ ਮਾਰੇ ਕਹਿੰਦੇ ਕੁਛ ਨਹੀਂ ਸਿੱਖੋ ਪਰਮਾਚੈ ਨਾ ਪਾਓ ਕੇਵਲ ਗੁਰੂ ਗ੍ਰੰਥ ਸਾਹਿਬ ਅਰਦੇ ਨਾਲ ਲੜੋ ਜੁੜੋ ਲੜ ਲੱਗ ਜੋ ਇਹਨਾਂ ਦੇ ਤੁਹਾਡਾ ਬੜਾ ਹੋ ਜਾਏਗਾ ਹੋਰ ਪਰੰਪਲੇਖੇ ਨੇ ਪਾਣੀ ਚ ਮਧਾਈ ਬੰਧਾਣੀ ਫੇਰਿਆ ਕੁਛ ਹੱਥ ਨਹੀਂ ਆਉਣਾ ਜੋ ਮਰਜ਼ੀ ਕਰੀ ਜਾਓ ਜਿੱਦਣ ਦੁੱਧ ਚ ਮਧਾਣੀ ਪਾਵਾਂਗੇ ਉਦੋਂ ਹੀ ਮੱਖਣ ਆਉਣਾ ਸੁਖ ਰੂਪੀ ਫਲ ਲੈਣੇ ਨੇ ਤਾਂ ਫਿਰ ਨਾਮ ਰੂਪੀ ਬਾਣੀ ਨਾਲ ਜੁੜਜੋ ਫਿਰ ਤੁਹਾਨੂੰ ਸੁਖ ਰੂਪੀ ਫਲ ਮਿਲਣਗੇ ਜਨਮ ਸਫਲਾ ਹੋ ਜਾਏਗਾ ਤੁਸੀਂ ਕਿਤੇ ਸਮਾ ਜੀਵਨ ਵਿੱਚ ਮਿਲੇ ਗੁਰੂ ਅਰਜਨ ਦੇਵ ਮਾਰਜਾ ਪੜਿਓ ਇਤਿਹਾਸ ਬੜੇ ਮਾਰ ਨਾਲ ਖਿੰਦੇ ਵੀ ਬੜੇ ਸੀ ਲੱਗਦੇ ਵੀ ਬੜੇ ਸੀ ਜਿਹੜੇ ਉਧਰ ਜਾਂਦੇ ਸੀ ਮੰਨਦੇ ਸੀ ਮਾਰ ਨਾਲ ਬੜੇ ਲੱਗਦੇ ਸੀ ਖਾਨਪੁਰ ਦੇ ਪਿੰਡ ਦੇ ਪਿੰਡ ਦੇ ਅੰਦਰ ਨਹੀਂ ਜਾਣ ਦਿੰਦੇ ਸੀ ਮਾਰ ਸਾਡੇ ਪਿੰਡ ਜਨਾਵ ਜੀ ਸਾਡਾ ਪਿੰਡ ਤਾਂ ਸਾਰੇ ਪੱਥਰਾਂ ਨੂੰ ਪੂਜਦਾ ਮਹਾਰਾਏ ਸੱਚੇ ਪਾਤਸ਼ਾਹ ਕਹਿੰਦੇ ਅਸੀਂ ਤਾਂ ਸਮਝਾਉਣ ਆਇਆ ਜੇ ਤੁਸੀਂ ਨਹੀਂ ਖੂ ਦੇ ਵਿੱਚ ਡਿੱਗਣਾ ਚਾਹੁੰਦੇ ਹੋ ਤੁਹਾਡੀ ਮਰਜ਼ੀ ਐ ਸੀ ਤਾਂ ਬਚਾਉਣਾ ਚਾਹੁੰਨੇ ਵੀ ਤੁਸੀਂ ਨਾਂ ਨਰਕ ਜੇ ਪਾਓ ਪਰ ਹੁਣ ਜੇ ਤੁਸੀਂ ਆਪ ਹੀ ਡਿੱਗਣਾ ਚਾਹੁੰਦੇ ਹੋਣਾ ਸੀ ਕੀ ਕਰ ਸਕਦੇ ਆ ਫਿਰ ਡਿੱਗ ਜਾ ਬੜਾ ਜਿਆਦਾ ਪ੍ਰਚਾਰ ਮਾਰਨੇ ਸਿੱਖੀ ਦਾ ਕੀਤਾ ਤੇ ਬਰਹਾ ਕਰੜਾ ਵੀ ਕੀਤਾ ਸਖਤ ਵੀ ਬੜੇ ਉਸ ਟਾਈਮ ਦੇ ਜਿਹੜੇ ਸੀ ਭਾਈ ਮੰਝ ਦਾ ਪੜੋ ਇਤਿਹਾਸ ਭਾਈ ਸਾਹਿਬ ਜੀ ਬੈਠੇ ਇਹਨਾਂ ਨਾਲ ਪੜਿਆ ਭਾਈ ਮੰਝ ਕੌਣ ਸੀ YouTube ਤੇ ਮਾਰ ਲਿਓ ਸਰ ਭਾਈ ਮੰਝ ਦਾ ਇਤਿਹਾਸ ਪੜਿਓ ਕੌਣ ਸੀ ਕਿੰਨਾ ਚੋ ਸੀ ਕੀ ਕਰਦੇ ਸੀ ਕਿੰਨੂੰ ਮੰਨਦੇ ਸੀ ਤੇ ਗੁਰੂ ਅਰਜਨ ਨੇ ਮਾਰ ਕਹਿੰਦੇ ਜੇ ਸਾਡੇ ਕੋਲ ਆਉਣਾ ਹੈ ਹਰਿਮੰਦਰ ਸਾਹਿਬ ਸਿੱਖੀ ਮੰਗਣਾ ਹੈ ਫਿਰ ਉਧਰ ਉਟਾਇਆ ਨਹੀਂ ਤਾਂ ਫਿਰ ਉਧਰ ਲੱਗਾ ਰਹਿ ਸਿੱਖੀ ਨਹੀਂ ਮਿਲੇਗੀ ਜੇ ਸਿੱਖੀ ਲੈਣੀ ਹੈ ਫਿਰ ਕੰਮ ਸਾਫ ਕਰਿਆ ਉਧਰ ਬਰਾਦ ਕਿਹੜੀ ਤਿੰਨਜੀ ਗੱਲ ਹੈ ਗੁਰੂ ਆਲੇ ਵੀ ਬਣੇ ਅੰਮ੍ਰਿਤ ਵੀ ਛਕਿਆ ਸਭ ਕੁਝ ਚੱਲਦਾ ਪਿਆ ਨਹੀਂ ਨਹੀਂ ਪਿਆਰਿਓ ਉਦੋਂ ਗੁਰੂ ਅਰਜਨ ਨੇ ਮਨ ਆਖਿਆ ਇੱਕ ਪਾਸੇ ਲੱਗ ਜਾ ਅਸੀਂ ਨਹੀਂ ਕਹਿੰਦੇ ਇੱਧਰ ਲੱਗੋ ਉੱਧਰ ਹੀ ਲੱਗ ਜਾ ਫਿਰ ਇੱਧਰ ਨਾ ਜੁੜੂ ਫਿਰ ਦੂਆਂ ਪਾਸੇ ਕੰਮ ਨਹੀਂ ਦੋ ਚਿੱਤੇ ਕੀ ਦੋ ਥਾਨ ਬਰਾਨੀ ਮੋਹ ਬਲੇਡਾ ਟੂਟਾ ਬਾਣੀ ਵੀ ਕਹਿੰਦੀ ਐ ਦੋ ਪੈੜੀਆਂ ਬੇੜੀਆਂ ਤੇ ਪੈਰ ਰੱਖਣ ਵਾਲਾ ਡੁੱਬ ਜਾਂਦਾ ਹੁੰਦਾ ਇੱਕ ਪਾਸੇ ਲੱਗ ਨੂੰ ਮਾਰ ਨੇ ਬੜੀ ਸਖਤ ਅਦਾਇ ਦਿੱਤੀ ਖਸਮ ਛੋੜ ਡੁੱਬਾ ਖਸਮ ਛੋੜ ਦੂਜੇ ਲੱਗਿਆ ਡੁੱਬੇ ਸੇਵਣ ਜਾਂ ਆਪਣੇ ਖਸਮ ਨੂੰ ਛੱਡ ਦੇਣਾ ਫਿਰ ਡੁੱਬਣ ਵਾਲੀ ਗੱਲ ਐ ਕਹਿੰਦੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਮਾਰਨ ਨੂੰ ਗੁਰੂ ਘਰ ਨੂੰ ਛੱਡ ਦੇਣਾ ਕਹਿੰਦੇ ਡੁੱਬਣ ਵਾਲੀ ਗੱਲ ਹੈ ਬਹੁਤ ਮਾਰ ਨੇ ਪ੍ਰਚਾਰ ਕੀਤਾ ਸਾਡੇ ਕਲਯੁਗ ਜੀਵਾਂ ਦਾ ਭਲਾ ਕੀਤਾ ਭੁੱਲਿਆ ਹੋਇਆਂ ਨੂੰ ਬਾਣੀ ਨਾਲ ਸਿਮਰ ਨਾਲ ਜੋੜਿਆ ਇਸ ਕਰਕੇ ਸਾਨੂੰ ਚਾਹੀਦਾ ਉਹਨਾਂ ਦੀ ਵਿਚਾਰਧਾਰਨਾ ਨੂੰ ਆਪਣੇ ਜੀਵਨ ਵਿੱਚ ਲਾਈਏ ਉਹਨਾਂ ਦੇ ਬਚਨਾਂ ਦੇ ਚੱਲ ਕੇ ਆਪਾਂ ਆਪਣਾ ਜਨਮ ਸਫਲਾ ਕਰੀਏ ਗੁਰੂ ਅਰਜਨ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਸਾਡੇ ਵੱਲੋਂ ਲੱਖ ਲੱਖ ਬੇਅੰਤ ਬੇਅੰਤ ਹੀ ਵਧਾਈਆਂ ਹੋਣ ਇੱਕ ਮਾਰ ਨੇ ਸਿੱਖਿਆ ਨੂੰ ਬੜੀ ਵੱਡੀ ਗੱਲ ਦਿੱਤੀ ਕਹਿੰਦੇ ਜਿਨਨੇ ਗੁਰੂ ਘਰ ਸੇਵਾ ਕਰਨੀ ਇਹ ਸੰਸਕਿਰਤੀ ਬਾਣੀ ਹੈ ਗੁਰੂ ਅਰਜਨ ਦੇਵ ਮਾਰਨ ਕਹਿੰਦੇ ਉਹ ਪਿੱਛੇ ਹੋ ਜੇ ਬਸ ਸੇਵਾ ਕਰੀ ਜਾਵੇ ਸਿਮਰਨ ਕਰੀ ਜਾਵੇ ਜਨਾਵੇ ਨਾ ਪਿੱਛੇ ਹੀ ਰਵੇ ਬਸ ਉਹਦੇ ਤੇ ਸਾਡੀ ਕਿਰਪਾ ਰਹੇਗੀ ਇਹ ਸੰਸਕਿਰਤ ਚ ਹੁੰਦਾ ਆਪਣਾ ਤਜਰਬਾ ਦੱਸਿਆ ਬਹੁਤ ਸੇਵਾ ਕਰਨੀ ਹੈ ਬੜਾ ਅੱਗੇ ਨਹੀਂ ਹੋਣਾ ਕਹਿੰਦੇ ਪਿੱਛੇ ਹੀ ਰਹਿਣਾ ਬਸ ਜਨਾਨਾ ਨਹੀਂ ਆਪਣੇ ਆਪ ਨੂੰ ਬਸ ਸਾਡੀ ਹੋਂਦ ਤੇ ਕਿਰਪਾ ਹੋਏ ਕਰੇਗੀ ਹੋਈਆਂ ਭੁੱਲਾਂ ਦੀ ਮਾਫੀ ਸਾਰੀ ਸੰਗਤ ਦਾ ਧੰਨਵਾਦ ਆ ਸਾਡੀਆਂ ਭੈਣਾਂ ਮਤਾਵਾਂ ਬੜੇ ਧਿਆਨ ਨਾਲ ਵਿਚਾਰ ਸੁਣੀਏ ਸਰਦਾਰ ਗੁਰਦੇਵ ਸਿੰਘ ਜੀ ਨੰਬਰਦਾਰ ਪ੍ਰਧਾਨ ਨਹੀਂ ਤਾਂ ਬਹੁਤ ਘੱਟ ਗੁਰਦੁਆਰਿਆਂ ਵਿੱਚ ਪ੍ਰਧਾਨ ਗੁਰੂ ਘਰ ਜਾਂਦੇ ਨੇ ਕਹਿੰਦੇ ਕਦੋਂ ਗਏ ਕਹਿੰਦੇ ਮਹੀਨਾ ਕੋਈ ਹੋਈ ਗਿਆਂ ਹੰਦੇ ਲੋ ਉਹ ਗੁਰੂ ਘਰਾਂ ਦੇ ਪ੍ਰਬੰਧ ਵੀ ਫਿਰ ਉਵੇਂ ਹੀ ਹੁੰਦੇ ਨੇ ਰੋਜ਼ ਆਉਂਦੇ ਨੇ ਰੋਜ਼ ਬਾਣੀ ਸੁਣਦੇ ਨੇ ਕਥਾ ਸੁਣਦੇ ਨੇ ਧਿਆਨ ਨਾਲ ਸਰਦਾਰ ਗੁਰਮੀਤ ਸਿੰਘ ਜੀ ਬਈ ਭਾਈ ਰਣਜੀਤ ਸਿੰਘ ਜੀ ਬੈਠੇ ਨੇ ਪ੍ਰਸ਼ਾਦ ਸਰਦਾਰ ਦਿਵਿੰਦਰ ਸਿੰਘ ਜੀ ਐਡਵੋਕੇਟ ਵਕੀਲ ਸਾਹਿਬ ਪਰਿਵਾਰ ਸਮੇਤ ਆਏ ਨੇ ਸਾਰੀ ਸੰਗਤ ਦਾ ਹੀ ਸਾਡੇ ਵੱਲੋਂ ਬਹੁਤ ਬਹੁਤ ਧੰਨਵਾਦੀ ਗੁਰੂ ਅਰਜਨ ਦੇਵ ਮਹਾਰਾਜ ਤੁਹਾਡੇ ਪਰਿਵਾਰਾਂ ਬੱਚਿਆਂ ਤੇ ਮਿਹਰ ਪ੍ਰਿਆਥ ਰੱਖਣ ਔਰ ਸਾਨੂੰ ਉਹਨਾਂ ਦੇ ਰਾਹ ਤੇ ਚੱਲਣ ਦਾ ਮਹਾਰਾਜ ਜੀ ਬਲ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ